ਗੁਰੂ ਵੀਰਾਂ ਨੂੰ ਬੇਨਤੀ ਹੈ ਕਿ ਪਹਿਲਾਂ ਸਾਰੀ ਵਿਚਾਰ ਸੁਣਨ ਸਮਝਣ ਅਤੇ ਉਹ ਤੋਂ ਬਾਅਦ ਆਪਣੇ ਵਿਚਾਰ ਦੇਣ ਦੇ ਉੱਤੇ। ਭਾਈ ਅੰਮ੍ਰਿਤਪਾਲ ਸਿੰਘ ਦੇ ਅਸੀਂ ਹਰ ਰੋਜ਼ ਬਿਆਨ ਸੁਣਦੇ ਹਾਂ, ਪੜ੍ਹਦੇ ਹਾਂ, ਸਮਝਦੇ ਹਾਂ। ਸੋ ਮੈਂ ਹਿੰਦੂ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਡਟ ਕੇ ਉਹਨਾਂ ਦੇ ਨਾਲ ਖੜੀਏ, ਡਟ ਕੇ ਉਹਨਾਂ ਦਾ ਸਾਥ ਦੇਈਏ। ਕਿਹੜੇ ਵਿਸ਼ਿਆਂ ਦੀ ਆਪਾਂ ਗੱਲ ਕਰ ਰਹੇ ਹਾਂ? ਪੰਜਾਬ ਦੇ ਵਿੱਚ ਬਾਹਰੀ ਲੋਕਾਂ ਦਾ ਤੁਸੀਂ ਦੇਖੋ, ਰੇਹੜੀਆਂ ਤੋਂ ਲੈ ਕੇ ਵੱਡੇ ਵੱਡੇ ਛੋਟੇ ਛੋਟੇ ਕਾਰੋਬਾਰਾਂ ਤੋਂ ਲੈ ਕੇ ਵੱਡੇ ਵੱਡੇ ਅਹੁਦਿਆਂ ਤੱਕ ਜਿਹੜਾ ਕਬਜ਼ਾ ਬਾਹਰੀ ਲੋਕਾਂ ਦਾ ਹੋ ਚੁੱਕਿਆ। ਸਾਨੂੰ ਚਾਹੀਦਾ ਹੈ, ਕਿਉਂਕਿ ਬੇਰੁਜ਼ਗਾਰੀ, ਸਿੱਖਾਂ ਦੇ ਬੱਚੇ ਨਹੀਂ ਸਾਰੇ ਪੰਜਾਬੀ ਬੇਰੁਜ਼ਗਾਰ ਹੋ ਰਹੇ, ਸਿਰਫ ਸਿੱਖਾਂ ਦੇ ਨਹੀਂ, ਸਾਡੇ ਹਿੰਦੂਆਂ ਦੇ ਵੀ ਬੱਚੇ ਬੇਰੁਜ਼ਗਾਰ ਹੋ ਰਹੇ, ਬਾਹਰ ਭੱਜ ਰਹੇ ਆ, ਹੋਰ ਸਟੇਟਾਂ 'ਚ ਕੰਮ ਕਰਨ ਜਾਣਾ ਪੈ ਰਿਹਾ, ਪਰਿਵਾਰਾਂ ਤੋਂ ਦੂਰ ਹੋਣਾ ਪੈ ਰਿਹਾ। ਇਸੇ ਤਰ੍ਹਾਂ ਜਿਹੜਾ ਸਾਡੇ ਤੁਸੀਂ ਦੇਖੋਗੇ ਕਿ ਜਿਹੜੇ ਸਿੱਖ ਗੁਰੂ ਸਾਹਿਬਾਨਾਂ ਨੂੰ, ਗੁਰਦੁਆਰਾ ਸਾਹਿਬ ਨੂੰ, ਗੁਰੂ ਘਰਾਂ ਨੂੰ ਕਹਿੰਦੇ ਵੀ ਇੱਥੇ ਸ਼ੈਤਾਨ ਰਹਿੰਦਾ ਹੈ, ਉਹਨਾਂ ਦੇ ਹੱਥੋਂ ਪ੍ਰਸ਼ਾਦ ਲੈ ਕੇ, ਦੇਗ ਪ੍ਰਸ਼ਾਦ ਲੈ ਕੇ ਨਹੀਂ ਖਾਂਦੇ। ਸੋ ਸਾਡੇ ਵੀ ਦੇਵੀ ਦੇਵਤਿਆਂ ਬਾਰੇ, ਹਿੰਦੂ ਮਹਾਂਪੁਰਖਾਂ ਬਾਰੇ ਉਹਨਾਂ ਦੇ ਚੰਗੇ ਵਿਚਾਰ ਹੈ ਨਹੀਂ, ਸਾਡੇ ਬੱਚੇ ਵੀ ਤਾਂ ਉੱਥੇ ਜਾ ਹੀ ਰਹੇ, ਇਸ ਕਰਕੇ ਇਹ ਵੀ ਸਾਡਾ ਸਾਰਿਆਂ ਦਾ ਹੀ ਮਸਲਾ, ਇਹ ਕੋਈ ਇਕੱਲੇ ਸਿੱਖਾਂ ਦਾ ਮਸਲਾ ਨਹੀਂ ਹੈ। ਬੇਰੁਜ਼ਗਾਰੀ ਉਹ ਤੋਂ ਬਾਅਦ ਇਹ ਦੂਸਰਾ ਮਸਲਾ, ਅਤੇ ਤੀਸਰਾ ਮਸਲਾ ਜਿਹੜਾ ਸਾਡਾ ਹੈਗਾ ਉਹ ਚਿੱਟੇ ਦੇ ਨਾਲ, ਜਿਹੜੇ ਨਸ਼ੇ ਦੇ ਨਾਲ ਨੌਜਵਾਨ ਮਰ ਰਹੇ ਹੈ, ਜਿੱਥੇ ਸਰਕਾਰਾਂ ਨਾਕਾਮ ਰਹੀਆਂ, ਸਾਰੇ ਹੀ ਤੰਤਰ ਫੇਲ ਹੋ ਗਿਆ, ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਇੱਕ ਦੱਸਿਆ ਕਿ ਭਾਈ ਅੰਮ੍ਰਿਤ ਛਕੋ, ਸਿੱਖ ਨੌਜਵਾਨਾਂ ਨੂੰ ਉਹਨਾਂ ਨੇ ਅਪੀਲ ਕੀਤੀ ਅਤੇ ਨੌਜਵਾਨ ਅੰਮ੍ਰਿਤ ਛਕ ਵੀ ਰਹੇ ਆ, ਧਰਮ ਨਾਲ ਜੁੜ ਰਹੇ। ਜਦੋਂ ਧਰਮ ਦਾ ਰਾਜ ਹੁੰਦਾ ਹੈ ਤਾਂ ਭਗਵਤ ਗੀਤਾ ਵੀ ਅਸੀਂ ਪੜ੍ਹਦੇ ਹਾਂ, ਜਦੋਂ ਧਰਮ ਦਾ ਲੋਕ ਧਾਰਮਿਕ ਧਰਮ ਨੂੰ ਜ਼ਿਆਦਾ ਜੁੜਨਗੇ ਅਤੇ ਜਿਹੜੀਆਂ ਨੈਗੇਟਿਵ ਚੀਜ਼ਾਂ ਉਹ ਖਤਮ ਹੁੰਦੀਆਂ ਜਾਣਗੀਆਂ। ਸੋ ਸਾਡੇ ਹਿੰਦੂ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਅਸੀਂ ਵੀ ਧਰਮ ਨਾਲ ਜੁੜੀਏ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਵੀ ਆਪਣੇ ਧਰਮ ਦੇ ਵਿੱਚ ਪੱਕਾ ਹੋਣਾ ਚਾਹੀਦਾ ਇਨਸਾਨ, ਸਾਨੂੰ ਆਪਣੇ ਧਰਮ ਦੇ ਵਿੱਚ ਪੱਕੇ ਹੋਣ ਦੀ ਲੋੜ ਹੈ, ਅਸੀਂ ਵੀ ਆਪਣੇ ਧਰਮ ਦੇ ਨਾਲ ਪਰਪੱਕ ਤੌਰ 'ਤੇ ਜੁੜੀਏ ਅਤੇ ਨਸ਼ਿਆਂ ਤੋਂ ਬਚੀਏ। ਨਸ਼ੇ, ਬੇਰੁਜ਼ਗਾਰੀ ਅਤੇ ਹੋਰ ਸਾਡੇ ਧਰਮਾਂ ਨੂੰ, ਸਾਡੇ ਦੇਵੀ ਦੇਵਤਿਆਂ ਨੂੰ, ਗੁਰੂ ਸਾਹਿਬਾਨਾਂ ਨੂੰ ਸ਼ੈਤਾਨ ਦੱਸਣ ਵਾਲੇ ਲੋਕਾਂ ਤੋਂ ਬਚੀਏ। ਇਹ ਮਸਲੇ ਪੰਜਾਬ ਦੇ ਹੀ ਹੈ ਸਾਰੇ, ਕਿਤੇ ਨਾ ਕਿਤੇ ਆ ਕੇ ਸਾਡੀ ਜਿਹੜੀ ਵਿਚਾਰਧਾਰਾ ਹੈਗੀ, ਕਾਫੀ ਲੋਕਾਂ ਦੀ, ਸਾਡੇ ਕਾਫੀ ਹਿੰਦੂ ਇਸ ਚੀਜ਼ ਨਾਲ ਸਹਿਮਤ ਹੋਣਗੇ, ਕਈ ਨਹੀਂ ਵੀ ਹੋਣਗੇ, ਕਈ ਖਾਲਿਸਤਾਨ ਦੀ ਗੱਲ, ਉਹ ਤਾਂ ਅਲੱਗ ਮਸਲਾ। ਜਿਹੜੇ ਪੰਜਾਬ ਦੇ ਲੱਖਾਂ ਸਿਧਾਣਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਹੁਣ ਮੁੱਦੇ ਚੱਕ ਰਹੇ, ਸਾਨੂੰ ਇਹਨਾਂ ਦੇ ਨਾਲ ਪਹਿਲਾਂ ਸਾਥ ਤਾਂ ਦੇਣਾ ਚਾਹੀਦਾ ਹੈ ਨਾ, ਡਟ ਕੇ ਆਪਾਂ ਇਹਨਾਂ ਚੀਜ਼ਾਂ ਦਾ ਸਾਥ ਦੇਈਏ, ਇਹਨਾਂ ਦੀ ਗੱਲ ਕਰੀਏ। ਕਈ ਕਿਉਂਕਿ ਸਾਡਾ ਦੇਖੋ ਦੁੱਖ ਦੀ ਗੱਲ ਸਾਡੀ ਇਹ ਵੀ ਸਾਡੇ ਹਿੰਦੂਆਂ ਕੋਲ ਕੋਈ ਚੰਗਾ ਆਗੂ ਹੈ ਨਹੀਂ। ਭਾਈ ਅੰਮ੍ਰਿਤਪਾਲ ਸਿੰਘ ਸਿੱਖਾਂ ਦੇ ਵਿੱਚ ਇੱਕ ਚੰਗੇ ਆਗੂ ਆਏ ਆ, ਉਹਨਾਂ ਨੂੰ ਲੋਕ ਸੁਣ ਰਹੇ ਆ, ਸਮਝ ਰਹੇ ਆ, ਸਾਡੀ ਬਦਕਿਸਮਤੀ ਹੈ। ਕੱਲ੍ਹ ਉਹ ਵੀ ਸ਼ਾਇਦ ਬੋਲ ਰਹੇ ਸੀ, ਖੈਰ ਉਹ ਤਾਂ ਸਿੱਖ, ਉਹਨਾਂ ਨੂੰ ਨਹੀਂ ਪਤਾ, ਪਰ ਸਾਡੇ ਹਿੰਦੂਆਂ ਨੂੰ ਵੀ ਬਹੁਤ ਘੱਟ ਪਤਾ। ਉਹ ਕਹਿ ਰਹੇ ਸੀ ਕਿ ਸ਼ਿਵ ਸੈਨਾ ਵਾਲਿਆਂ ਨੇ ਕਿਤੇ ਨਾ ਕਿਤੇ ਸ਼ਿਵਜੀ ਭਗਵਾਨ ਦਾ ਵੀ ਜਿਹੜਾ ਨਾਂ ਬਦਨਾਮ ਕੀਤਾ, ਸ਼ਿਵਜੀ ਦਾ ਵੀ ਨਾਂ ਬਦਨਾਮ ਕੀਤਾ। ਸੋ ਸਾਡੇ ਲੋਕਾਂ ਨੂੰ ਵੀ ਇਹੀ ਹੈ ਵੀ ਸ਼ਿਵ ਸੈਨਾ, ਸ਼ਿਵਜੀ ਦੇ ਨਾਮ ਤੋਂ ਕੋਈ ਸ਼ਿਵ ਸੈਨਾ ਨਹੀਂ, ਸ਼ਿਵ ਸੈਨਾ ਸ਼ਿਵਾਜੀ ਮਹਾਰਾਜ ਜੀ ਦੇ ਨਾਮ ਤੋਂ ਬਣੀ ਹੋਈ ਹੈ। ਖੈਰ ਕਿਸੇ ਦੇ ਵੀ ਨਾਮ ਤੋਂ ਬਣੀ ਹੈ, ਕਿਸੇ ਵੀ ਹਸਤੀ ਦੇ ਨਾਮ ਤੋਂ ਬਣੀ ਹੈ, ਪਰ ਸਾਡੇ ਆਗੂ ਉਸ ਤਰੀਕੇ ਦੀਆਂ ਗੱਲਾਂ ਨਹੀਂ ਕਰਦੇ ਜਿਸ ਤਰੀਕੇ ਦੀਆਂ ਲੌਜੀਕਲ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ, ਤਰਕ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ, ਇਹ ਸਾਡੇ 'ਚ ਕਮੀ ਹੈ। ਔਰ ਜਿਹੜੇ ਸਾਡੇ ਲੀਡਰ ਪੁੱਠੇ ਸਿੱਧੇ ਬਿਆਨ ਦਿੰਦੇ ਹੈ, ਸਾਡੀ ਸਾਨੂੰ ਟੋਕਣਾ ਚਾਹੀਦਾ, ਸਾਨੂੰ ਰੋਕਣਾ ਚਾਹੀਦਾ ਉਹਨਾਂ ਨੂੰ, ਤਾਂ ਕਿ ਏਕਤਾ ਵੀ ਬਣੀ ਰਹੇ ਅਤੇ ਸਾਡਾ ਜਿਹੜਾ ਲਿਹਾਜ਼ ਇਹੀ ਹੈ ਵੀ ਪੰਜਾਬੀ ਬੋਲੀ ਦੀ ਆਪਾਂ ਗੱਲ ਕਰ ਲਈਏ। ਕੁਛ ਲੋਕ ਇੱਦਾਂ ਲਿਖ ਕੇ ਹੀ ਪਾ ਰਹੇ ਕਿ ਜੀ ਪੰਜਾਬ ਦਾ ਹਿੰਦੂ ਪੰਜਾਬੀ ਬੋਲੀ ਦੀ ਕਿਉਂ ਨਹੀਂ ਗੱਲ ਕਰਦਾ, ਪੰਜਾਬ ਦਾ ਹਿੰਦੂ ਪੰਜਾਬੀ ਦੀ ਗੱਲ ਕਰਦਾ ਹੈ। ਪਰ ਹੁਣ ਕਹਾਣੀ ਇਹ ਹੋ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਬਾਹਰੀ ਲੋਕ ਆਏ ਉਹ ਕਦੇ ਵੀ ਪੰਜਾਬੀ ਨੂੰ ਨਹੀਂ, ਪੰਜਾਬੀ ਨਾਲ ਸਹਿਮਤ ਨਹੀਂ ਹੁੰਦੇ। ਇਸ ਕਰਕੇ ਸਾਨੂੰ ਇਸ ਭੁਲੇਖੇ 'ਚੋਂ ਬਾਹਰ ਆਉਣਾ ਚਾਹੀਦਾ ਕਿ ਕੋਈ ਵੀ ਬਾਹਰੀ ਬੰਦਾ ਪੰਜਾਬ ਦਾ ਕਦੇ ਭਲਾ ਨਹੀਂ ਚਾਹੂਗਾ। ਸਾਨੂੰ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਪੰਜਾਬੀ ਨੂੰ ਪਿਆਰ ਕਰਦੇ ਹਾਂ, ਅਸੀਂ ਪੰਜਾਬੀ ਲਿਖਦੇ ਹਾਂ। ਸੋ ਸਾਰੇ ਸਾਡੇ ਜਿਹੜੇ ਪੰਜਾਬ ਦੇ ਹਿੰਦੂ, ਜ਼ਿਆਦਾਤਰ ਮੈਂ ਇਹ ਕਹਿ ਦੇਵਾਂ ਕਿ 80-85% ਲੋਕ ਪੰਜਾਬੀ ਨੂੰ ਪਿਆਰ ਕਰਦੇ, ਪੰਜਾਬੀ ਬੋਲਦੇ ਆ। ਹੁਣ ਉਹਨਾਂ ਲੋਕਾਂ ਦੀ ਵਿਚਾਰਧਾਰਾ ਨਹੀਂ ਮਿਲਦੀ, ਉਹਨਾਂ ਨੇ ਆਈਡੀਆਂ ਇੱਥੇ ਬਣਾਈਆਂ ਹੋਈਆਂ, ਉਹ ਪੰਜਾਬੀ ਭਾਸ਼ਾ ਦਾ ਵਿਰੋਧ ਕਰਦੇ। ਇਸ ਕਰਕੇ ਤੁਸੀਂ ਟਾਰਗੇਟ ਸਾਨੂੰ ਨਾ ਕਰਿਆ ਕਰੋ। ਸੋ ਹਿੰਦੂ ਵੀਰਾਂ ਨੂੰ ਬੇਨਤੀ ਹੈ ਕਿ ਡਟ ਕੇ ਆਪਾਂ ਸਾਥ ਦੇਈਏ ਇਹਨਾਂ ਮਸਲਿਆਂ ਦੇ ਉੱਤੇ, ਕਿਉਂਕਿ ਬੱਚੇ ਸਾਡੇ ਵੀ ਚਿੱਟੇ ਨਾ ਮਰ ਰਹੇ, ਬੇਰੁਜ਼ਗਾਰ ਸਾਡੇ ਵੀ ਬੱਚੇ ਹੋ ਰਹੇ ਹੈ, ਸਾਡੇ ਵੀ ਧਰਮ ਲਈ ਉਨਾ ਹੀ ਖਤਰਾ। ਸੋ ਇਸ ਕਰਕੇ ਸਾਨੂੰ ਚਾਹੀਦਾ ਹੈ ਵੱਧ ਤੋਂ ਵੱਧ ਅਸੀਂ ਲੋਕ, ਜਿਹੜਾ ਅੱਗੇ ਲੱਗ ਕੇ ਤੁਰਿਆ ਹੋਇਆ ਸਾਡਾ ਕੋਈ ਨਹੀਂ ਲੱਗਿਆ, ਵੱਖਰੀ ਗੱਲ ਹੈ। ਜਿਹੜਾ ਹੁਣ ਲੱਖਾਂ ਸਿਧਾਣਾ, ਭਾਵੇਂ ਭਾਈ ਅੰਮ੍ਰਿਤਪਾਲ ਸਿੰਘ, ਜਿਹੜੇ ਅੱਗੇ ਲੱਗੇ ਹੋਏ, ਉਹਨਾਂ ਦਾ ਗੁਰੂ ਵੀਰਾਂ ਨੂੰ ਬੇਨਤੀ ਹੈ ਕਿ ਪਹਿਲਾਂ ਸਾਰੀ ਵਿਚਾਰ ਸੁਣਨ ਸਮਝਣ ਅਤੇ ਉਹ ਤੋਂ ਬਾਅਦ ਆਪਣੇ ਵਿਚਾਰ ਦੇਣ ਦੇ ਉੱਤੇ। ਭਾਈ ਅੰਮ੍ਰਿਤਪਾਲ ਸਿੰਘ ਦੇ ਅਸੀਂ ਹਰ ਰੋਜ਼ ਬਿਆਨ ਸੁਣਦੇ ਹਾਂ, ਪੜ੍ਹਦੇ ਹਾਂ, ਸਮਝਦੇ ਹਾਂ।
सो मैं हिंदू वीरां नूं अपील करना चाहुंदा कि सानूं सारिआं नूं चाहीदा है कि डट के उन्हां दे नाल खड़ीए, डट के उन्हां दा साथ देईए। किहड़े विशेआं दी आपां गल कर रहे हां, पंजाब दे विच बाहरी लोकां दा तुसीं देखो, रेहड़ियां तों लै के वड्डे वड्डे छोटे छोटे कारोबारां तों लै के वड्डे वड्डे अहुदेआं तक जिहड़ा कब्जा बाहरी लोकां दा हो चुक्किआ। सानूं चाहीदा है, क्योंकि बेरोजगारी सिखां दे बच्चे नहीं, सारे पंजाबी बेरोजगार हो रहे, सिर्फ सिखां दे नहीं, साडे हिंदुआं दे भी बच्चे बेरोजगार हो रहे, बाहर भज रहे हैं, होर स्टेटां 'च कम करन जाना पै रहा, परिवारां तों दूर होना पै रहा। इस तरह जिहड़ा साडे तुसीं देखोगे कि जिहड़े सिख गुरु साहिबानां नूं गुरद्वारा साहिब नूं गुरु घरां नूं कहिंदे पे इत्थे शैतान रहिंदा है, उहनां दे हत्थों प्रसाद लै के देख प्रसाद लै के नहीं खांदे। सो साडे भी देवी देवत्यां बारे, हिंदू महापुरखां बारे उहनां दे चंगे विचार है नहीं, साडे बच्चे भी तां उत्थे जा ही रहे, इस करके इह भी साडा सारिआं दा ही मसला है, कोई कल्ले सिखां दा मसला नहीं है। बेरोजगारी ਉਹ ਤੋਂ ਬਾਅਦ ਇਹ ਦੂਸਰਾ ਮਸਲਾ, ਅਤੇ ਤੀਸਰਾ ਮਸਲਾ ਜਿਹੜਾ ਸਾਡਾ ਹੈਗਾ ਉਹ ਚਿੱਟੇ ਦੇ ਨਾਲ, ਜਿਹੜੇ ਨਸ਼ੇ ਦੇ ਨਾਲ ਨੌਜਵਾਨ ਮਰ ਰਹੇ ਹੈ। ਜਿੱਥੇ ਸਰਕਾਰਾਂ ਨਾਕਾਮ ਰਹੀਆਂ, ਸਾਰੇ ਹੀ ਤੰਤਰ ਫੇਲ ਹੋ ਗਿਆ, ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਇੱਕ ਦੱਸਿਆ ਕਿ ਭਾਈ ਅੰਮ੍ਰਿਤ ਛਕੋ, ਸਿੱਖ ਨੌਜਵਾਨਾਂ ਨੂੰ ਉਹਨਾਂ ਨੇ ਅਪੀਲ ਕੀਤੀ, ਅਤੇ ਨੌਜਵਾਨ ਅੰਮ੍ਰਿਤ ਛਕ ਵੀ ਰਹੇ ਆ, ਧਰਮ ਨਾਲ ਜੁੜ ਰਹੇ। ਜਦੋਂ ਧਰਮ ਦਾ ਰਾਜ ਹੁੰਦਾ ਹੈ ਤਾਂ ਭਗਵਤ ਗੀਤਾ ਵੀ ਅਸੀਂ ਪੜ੍ਹਦੇ ਹਾਂ, ਜਦੋਂ ਧਰਮ ਦਾ ਲੋਕ ਧਾਰਮਿਕ ਧਰਮ ਨੂੰ ਜ਼ਿਆਦਾ ਜੁੜਨਗੇ ਅਤੇ ਜਿਹੜੀਆਂ ਨੈਗੇਟਿਵ ਚੀਜ਼ਾਂ ਉਹ ਖਤਮ ਹੁੰਦੀਆਂ ਜਾਣਗੀਆਂ। ਸੋ ਸਾਡੇ ਹਿੰਦੂ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਅਸੀਂ ਵੀ ਧਰਮ ਨਾਲ ਜੁੜੀਏ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਵੀ ਆਪਣੇ ਧਰਮ ਦੇ ਵਿੱਚ ਪੱਕਾ ਹੋਣਾ ਚਾਹੀਦਾ ਇਨਸਾਨ, ਸਾਨੂੰ ਆਪਣੇ ਧਰਮ ਦੇ ਵਿੱਚ ਪੱਕੇ ਹੋਣ ਦੀ ਲੋੜ ਹੈ, ਅਸੀਂ ਵੀ ਆਪਣੇ ਧਰਮ ਦੇ ਨਾਲ ਪਰਪੱਕ ਤੌਰ 'ਤੇ ਜੁੜੀਏ ਅਤੇ ਨਸ਼ਿਆਂ ਤੋਂ ਬਚੀਏ। ਨਸ਼ੇ, ਬੇਰੁਜ਼ਗਾਰੀ ਅਤੇ ਹੋਰ ਸਾਡੇ ਧਰਮਾਂ ਨੂੰ, ਸਾਡੇ ਦੇਵੀ ਦੇਵਤਿਆਂ ਨੂੰ, ਗੁਰੂ ਸਾਹਿਬਾਨਾਂ ਨੂੰ ਸ਼ੈਤਾਨ ਦੱਸਣ ਵਾਲੇ ਲੋਕਾਂ ਤੋਂ ਬਚੀਏ। ਇਹ ਮਸਲੇ ਪੰਜਾਬ ਦੇ ਹੀ ਹੈ ਸਾਰੇ, ਕਿਤੇ ਨਾ ਕਿਤੇ ਆ ਕੇ ਸਾਡੀ ਜਿਹੜੀ ਵਿਚਾਰਧਾਰਾ ਹੈਗੀ, ਕਾਫੀ ਲੋਕਾਂ ਦੀ, ਸਾਡੇ ਕਾਫੀ ਹਿੰਦੂ ਇਸ ਚੀਜ਼ ਨਾਲ ਸਹਿਮਤ ਹੋਣਗੇ, ਕਈ ਨਹੀਂ ਵੀ ਹੋਣਗੇ, ਕਈ ਖਾਲਿਸਤਾਨ ਦੀ ਗੱਲ, ਉਹ ਤਾਂ ਅਲੱਗ ਮਸਲਾ। ਜਿਹੜੇ ਪੰਜਾਬ ਦੇ ਲੱਖਾਂ ਸਿਧਾਣਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਹੁਣ ਮੁੱਦੇ ਚੱਕ ਰਹੇ, ਸਾਨੂੰ ਇਹਨਾਂ ਦੇ ਨਾਲ ਪਹਿਲਾਂ ਸਾਥ ਤਾਂ ਦੇਣਾ ਚਾਹੀਦਾ ਹੈ ਨਾ, ਡਟ ਕੇ ਆਪਾਂ ਇਹਨਾਂ ਚੀਜ਼ਾਂ ਦਾ ਸਾਥ ਦੇਈਏ, ਇਹਨਾਂ ਦੀ ਗੱਲ ਕਰੀਏ। ਕਈ ਕਿਉਂਕਿ ਸਾਡਾ ਦੇਖੋ ਦੁੱਖ ਦੀ ਗੱਲ ਸਾਡੀ ਇਹ ਵੀ ਸਾਡੇ ਹਿੰਦੂਆਂ ਕੋਲ ਕੋਈ ਚੰਗਾ ਆਗੂ ਹੈ ਨਹੀਂ। ਭਾਈ ਅੰਮ੍ਰਿਤਪਾਲ ਸਿੰਘ ਸਿੱਖਾਂ ਦੇ ਵਿੱਚ ਇੱਕ ਚੰਗੇ ਆਗੂ ਆਏ ਆ, ਉਹਨਾਂ ਨੂੰ ਲੋਕ ਸੁਣ ਰਹੇ ਆ, ਸਮਝ ਰਹੇ ਆ, ਸਾਡੀ ਬਦਕਿਸਮਤੀ ਹੈ। ਕੱਲ੍ਹ ਉਹ ਵੀ ਸ਼ਾਇਦ ਬੋਲ ਰਹੇ ਸੀ, ਖੈਰ ਉਹ ਤਾਂ ਸਿੱਖ, ਉਹਨਾਂ ਨੂੰ ਨਹੀਂ ਪਤਾ, ਪਰ ਸਾਡੇ ਹਿੰਦੂਆਂ ਨੂੰ ਵੀ ਬਹੁਤ ਘੱਟ ਪਤਾ। ਉਹ ਕਹਿ ਰਹੇ ਸੀ ਕਿ ਸ਼ਿਵ ਸੈਨਾ ਵਾਲਿਆਂ ਨੇ ਕਿਤੇ ਨਾ ਕਿਤੇ ਸ਼ਿਵਜੀ ਭਗਵਾਨ ਦਾ ਵੀ ਜਿਹੜਾ ਨਾਂ ਬਦਨਾਮ ਕੀਤਾ, ਸ਼ਿਵਜੀ ਦਾ ਵੀ ਨਾਂ ਬਦਨਾਮ ਕੀਤਾ। ਸੋ ਸਾਡੇ ਲੋਕਾਂ ਨੂੰ ਵੀ ਇਹੀ ਹੈ ਵੀ ਸ਼ਿਵ ਸੈਨਾ, ਸ਼ਿਵਜੀ ਦੇ ਨਾਮ ਤੋਂ ਕੋਈ ਸ਼ਿਵ ਸੈਨਾ ਨਹੀਂ, ਸ਼ਿਵ ਸੈਨਾ ਸ਼ਿਵਾਜੀ ਮਹਾਰਾਜ ਜੀ ਦੇ ਨਾਮ ਤੋਂ ਬਣੀ ਹੋਈ ਹੈ। ਖੈਰ ਕਿਸੇ ਦੇ ਵੀ ਨਾਮ ਤੋਂ ਬਣੀ ਹੈ, ਕਿਸੇ ਵੀ ਹਸਤੀ ਦੇ ਨਾਮ ਤੋਂ ਬਣੀ ਹੈ, ਪਰ ਸਾਡੇ ਆਗੂ ਉਸ ਤਰੀਕੇ ਦੀਆਂ ਗੱਲਾਂ ਨਹੀਂ ਕਰਦੇ ਜਿਸ ਤਰੀਕੇ ਦੀਆਂ ਲੌਜੀਕਲ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ, ਤਰਕ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ, ਇਹ ਸਾਡੇ 'ਚ ਕਮੀ ਹੈ। ਔਰ ਜਿਹੜੇ ਸਾਡੇ ਲੀਡਰ ਪੁੱਠੇ ਸਿੱਧੇ ਬਿਆਨ ਦਿੰਦੇ ਹੈ, ਸਾਡੀ ਸਾਨੂੰ ਟੋਕਣਾ ਚਾਹੀਦਾ, ਸਾਨੂੰ ਰੋਕਣਾ ਚਾਹੀਦਾ ਉਹਨਾਂ ਨੂੰ, ਤਾਂ ਕਿ ਏਕਤਾ ਵੀ ਬਣੀ ਰਹੇ ਅਤੇ ਸਾਡਾ ਜਿਹੜਾ ਲਿਹਾਜ਼ ਇਹੀ ਹੈ ਵੀ ਪੰਜਾਬੀ ਬੋਲੀ ਦੀ ਆਪਾਂ ਗੱਲ ਕਰ ਲਈਏ। ਕੁਛ ਲੋਕ ਇੱਦਾਂ ਲਿਖ ਕੇ ਹੀ ਪਾ ਰਹੇ ਕਿ ਜੀ ਪੰਜਾਬ ਦਾ ਹਿੰਦੂ ਪੰਜਾਬੀ ਬੋਲੀ ਦੀ ਕਿਉਂ ਨਹੀਂ ਗੱਲ ਕਰਦਾ, ਪੰਜਾਬ ਦਾ ਹਿੰਦੂ ਪੰਜਾਬੀ ਦੀ ਗੱਲ ਕਰਦਾ ਹੈ। ਪਰ ਹੁਣ ਕਹਾਣੀ ਇਹ ਹੋ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਬਾਹਰੀ ਲੋਕ ਆਏ ਉਹ ਕਦੇ ਵੀ ਪੰਜਾਬੀ ਨੂੰ ਨਹੀਂ, ਪੰਜਾਬੀ ਨਾਲ ਸਹਿਮਤ ਨਹੀਂ ਹੁੰਦੇ। ਇਸ ਕਰਕੇ ਸਾਨੂੰ ਇਸ ਭੁਲੇਖੇ 'ਚੋਂ ਬਾਹਰ ਆਉਣਾ ਚਾਹੀਦਾ ਕਿ ਕੋਈ ਵੀ ਬਾਹਰੀ ਬੰਦਾ ਪੰਜਾਬ ਦਾ ਕਦੇ ਭਲਾ ਨਹੀਂ ਚਾਹੂਗਾ। ਸਾਨੂੰ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਪੰਜਾਬੀ ਨੂੰ ਪਿਆਰ ਕਰਦੇ ਹਾਂ, ਅਸੀਂ ਪੰਜਾਬੀ ਲਿਖਦੇ ਹਾਂ। ਸੋ ਸਾਰੇ ਸਾਡੇ ਜਿਹੜੇ ਪੰਜਾਬ ਦੇ ਹਿੰਦੂ, ਜ਼ਿਆਦਾਤਰ ਮੈਂ ਇਹ ਕਹਿ ਦੇਵਾਂ ਕਿ 80-85% ਲੋਕ ਪੰਜਾਬੀ ਨੂੰ ਪਿਆਰ ਕਰਦੇ, ਪੰਜਾਬੀ ਬੋਲਦੇ ਆ। ਹੁਣ ਉਹਨਾਂ ਲੋਕਾਂ ਦੀ ਵਿਚਾਰਧਾਰਾ ਨਹੀਂ ਮਿਲਦੀ, ਉਹਨਾਂ ਨੇ ਆਈਡੀਆਂ ਇੱਥੇ ਬਣਾਈਆਂ ਹੋਈਆਂ, ਉਹ ਪੰਜਾਬੀ ਭਾਸ਼ਾ ਦਾ ਵਿਰੋਧ ਕਰਦੇ। ਇਸ ਕਰਕੇ ਤੁਸੀਂ ਟਾਰਗੇਟ ਸਾਨੂੰ ਨਾ ਕਰਿਆ ਕਰੋ। ਸੋ ਹਿੰਦੂ ਵੀਰਾਂ ਨੂੰ ਬੇਨਤੀ ਹੈ ਕਿ ਡਟ ਕੇ ਆਪਾਂ ਸਾਥ ਦੇਈਏ ਇਹਨਾਂ ਮਸਲਿਆਂ ਦੇ ਉੱਤੇ, ਕਿਉਂਕਿ ਬੱਚੇ ਸਾਡੇ ਵੀ ਚਿੱਟੇ ਨਾ ਮਰ ਰਹੇ, ਬੇਰੁਜ਼ਗਾਰ ਸਾਡੇ ਵੀ ਬੱਚੇ ਹੋ ਰਹੇ ਹੈ, ਸਾਡੇ ਵੀ ਧਰਮ ਲਈ ਉਨਾ ਹੀ ਖਤਰਾ ਹੈ। ਸੋ ਇਸ ਕਰਕੇ ਸਾਨੂੰ ਚਾਹੀਦਾ ਹੈ ਵੱਧ ਤੋਂ ਵੱਧ ਅਸੀਂ ਲੋਕ, ਜਿਹੜਾ ਅੱਗੇ ਲੱਗ ਕੇ ਤੁਰਿਆ ਹੋਇਆ ਸਾਡਾ ਕੋਈ ਨਹੀਂ ਲੱਗਿਆ, ਵੱਖਰੀ ਗੱਲ ਹੈ, ਜਿਹੜਾ ਹੁਣ ਲੱਖਾਂ ਸਿਧਾਣਾ ਭਾਵੇਂ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਅੱਗੇ ਲੱਗੇ ਹੋਏ, ਉਹਨਾਂ ਦਾ ਹਿੰਦੂ ਵੀਰਾਂ ਨੂੰ ਬੇਨਤੀ ਹੈ ਕਿ ਪਹਿਲਾਂ ਸਾਰੀ ਵਿਚਾਰ ਸੁਣਨ ਸਮਝਣ, ਅਤੇ ਉਹ ਤੋਂ ਬਾਅਦ ਆਪਣੇ ਵਿਚਾਰ ਦੇਣ ਦੇ ਉੱਤੇ। ਭਾਈ ਅੰਮ੍ਰਿਤਪਾਲ ਸਿੰਘ ਦੇ ਅਸੀਂ ਹਰ ਰੋਜ਼ ਬਿਆਨ ਸੁਣਦੇ ਹਾਂ, ਪੜ੍ਹਦੇ ਹਾਂ, ਸਮਝਦੇ ਹਾਂ। ਸੋ ਮੈਂ ਹਿੰਦੂ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਡਟ ਕੇ ਉਹਨਾਂ ਦੇ ਨਾਲ ਖੜੀਏ, ਡਟ ਕੇ ਉਹਨਾਂ ਦਾ ਸਾਥ ਦੇਈਏ। ਕਿਹੜੇ ਵਿਸ਼ਿਆਂ ਦੀ ਆਪਾਂ ਗੱਲ ਕਰ ਰਹੇ ਹਾਂ, ਪੰਜਾਬ ਦੇ ਵਿੱਚ ਬਾਹਰੀ ਲੋਕਾਂ ਦਾ ਤੁਸੀਂ ਦੇਖੋ, ਰੇਹੜੀਆਂ ਤੋਂ ਲੈ ਕੇ ਵੱਡੇ ਵੱਡੇ
छोटे छोटे कारोबारों तो लेके बड़े बड़े अहदों तक जिहड़ा कब्जा बाहरी लोगों का।